ਇੱਕ ਰਾਜਨੀਤੀ ਹੈ, ਇੱਕ ਧਰਮ ਨੀਤੀ ਹੈ, ਧਿਆਨ ਦੇਣਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜਨੀਤੀ ਨੂੰ ਤੇ ਧਰਮ ਨੂੰ ਇਕੱਠਾ ਕਿਉਂ ਕੀਤਾ ਸੀ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਮੁਕੰਮਲ ਬਣਾਉਣ ਵਾਸਤੇ, ਸੰਪੂਰਨ ਜੀਵਨ ਦੇਣ ਵਾਸਤੇ ਇਹ ਦੋ ਚੀਜ਼ਾਂ ਇਕੱਠੀਆਂ ਤਾਂ ਕੀਤੀਆਂ ਸੀ ਕਿ ਰੱਬ ਦੇ ਪਿਆਰਿਆ, ਜੇ ਤੂੰ ਰਾਜਨੀਤੀ ਵਰਤਣੀ ਹੈ ਤੇ ਪਹਿਲਾਂ ਧਰਮ ਨੀਤੀ ਨੂੰ ਸਮਝ ਲਈ। ਜੇ ਦੁਨੀਆਂ ਦੀ ਨਿਗਾਹ ਨਾਲ ਦੇਖੀਏ ਤੇ ਰਾਜਨੀਤਿਕ ਬੰਦਾ ਕੀ ਕਰਦਾ ਹੈ? ਰਾਜਨੀਤਿਕ ਬੰਦਾ ਆਪਣੀ ਰਾਜਨੀਤੀ ਵਿੱਚ ਤਾਂ ਕਾਮਯਾਬ ਹੁੰਦਾ ਜੇ ਆਪਣੇ ਵਿਰੋਧੀ ਨੂੰ ਨੀਵਾਂ ਦਿਖਾਏਗਾ, ਧਿਆਨ ਦੇਣਾ। ਭਾਵੇਂ ਆਪਣੇ ਜੀਵਨ ਦੇ ਵਿੱਚ ਉਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਉਹਦੇ ਵਿਰੋਧੀ ਨੇ ਭਾਵੇਂ ਜਿੰਨੇ ਮਰਜ਼ੀ ਚੰਗੇ ਕੰਮ ਕੀਤੇ ਹੋਣ, ਪਰ ਜਦੋਂ ਉਹ ਪਬਲਿਕ ਵਿੱਚ ਜਾਂਦਾ ਹੈ, ਸਮਾਜ ਵਿੱਚ ਜਾਂਦਾ ਹੈ, ਉਹ ਜਾ ਕੇ ਆਪਣੇ ਵਿਰੋਧੀ ਦੀ ਨਿੰਦਿਆ ਕਰਦਾ ਹੈ, ਉੱਚੀ ਉੱਚੀ ਬਾਹਾਂ ਕਰ ਕਰਕੇ ਕਹਿੰਦਾ ਕਿ ਦੇਖੋ ਇਸ ਬੰਦੇ ਨੇ ਇੰਨੇ ਸਾਲਾਂ ਵਿੱਚ ਕੁਝ ਨਹੀਂ ਕੀਤਾ। ਕਿਉਂਕਿ ਰਾਜਨੀਤੀ ਦਾ ਰਸਤਾ ਹੀ ਇਹ ਹੈ, ਜੇ ਕਿਤੇ ਉਹਨੇ ਆਪਣੇ ਵਿਰੋਧੀ ਨੂੰ ਚੰਗਾ ਕਹਿ ਦਿੱਤਾ ਤੇ ਲੋਕਾਂ ਨੇ ਕਹਿਣਾ ਚੰਗਾ ਤੇ ਪਹਿਲਾਂ ਹੀ ਸਾਡੇ ਕੋਲ ਹੈਗਾ, ਫਿਰ ਤੂੰ ਕੀ ਲੈਣਾ ਆ, ਤੂੰ ਆਪਣੇ ਘਰ ਬੈਠ। ਰਾਜਨੀਤੀ ਦੇ ਵਿੱਚ ਬੰਦਾ ਉਹੀ ਕਾਮਯਾਬ ਹੁੰਦਾ ਜਿਹੜਾ ਦੂਜੇ ਨੂੰ ਮਾੜਾ ਆਖੇ। ਤੇ ਹੁਣ ਧਰਮ ਨੀਤੀ ਕੀ ਕਹਿੰਦੀ ਹੈ? ਧਰਮ ਨੀਤੀ ਨੇ ਤੇ ਸਾਨੂੰ ਇਹ ਸਿਖਾਇਆ ਹੈ, ਧਰਮ ਦੇ ਵਿੱਚ ਉਹ ਬੰਦਾ ਕਾਮਯਾਬ ਹੁੰਦਾ ਹੈ ਜਿਹੜਾ ਆਖੇ ਸਾਰੀ ਦੁਨੀਆ ਮੇਰੇ ਨਾਲੋਂ ਚੰਗੀ ਹੈ, ਮੈਂ ਸਭ ਤੋਂ ਬੁਰਾ ਹਾਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਕਾਮਯਾਬ ਹੋਏ ਨੇ ਨਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੈਠੇ ਨੇ। ਇੱਧਰ ਧਿਆਨ ਦਿਓ ਗੁਰਮੁਖੋ, ਇੱਧਰ ਦੇਖੋ, ਮਹਾਰਾਜ ਵੱਲ ਦੇਖੋ। ਐਸਾ ਨਾ ਹੋਏ ਕਿ ਸੰਗਤ ਆ ਰਹੀ ਹੈ ਤੇ ਸਾਨੂੰ ਕਿਤੇ ਬਾਹਰ ਲਈ ਜਾਂਦੀ ਹੋਏ, ਸਾਡਾ ਧਿਆਨ ਸਾਡਾ ਮਨ ਕਿਤੇ ਬਾਹਰ ਚਲਾ ਜਾਂਦਾ। ਭਗਤ ਕਬੀਰ ਜੀ ਧਰਮ ਦੇ ਵਿੱਚ ਕਾਮਯਾਬ ਹੋਏ ਨੇ, ਧਰਮ ਦੀ ਦੁਨੀਆਂ ਦੇ ਆਕਾਸ਼ ਦੇ ਵਿੱਚ ਸਿਤਾਰੇ ਵਾਂਗੂ ਚਮਕ ਰਹੇ ਨੇ, ਪਰ ਕਦੇ ਦੇਖਿਆ ਉਹ ਕਾਮਯਾਬੀ ਉਹਨਾਂ ਨੂੰ ਕਿਵੇਂ ਮਿਲੀ? ਉਹਨਾਂ ਦੀ ਬਾਣੀ ਪੜ੍ਹੋ। ਭਗਤ ਕਬੀਰ ਜੀ ਡੰਕੇ ਦੀ ਚੋਟ ਨਾਲ ਕਹਿ ਰਹੇ ਨੇ, ਕਬੀਰ ਸਭ ਤੇ ਹਮ ਬੁਰੇ। ਚੰਗਾ ਆਖਿਆ ਕਿਤੇ ਉਹਨਾਂ ਨੇ? ਧਿਆਨ ਦੇਣਾ, ਸਿੱਖੀ ਕੀ ਹੈ ਤੇ ਆਪਾਂ ਨੂੰ ਸੁਣਾਇਆ ਕੀ ਜਾ ਰਿਹਾ, ਆਪਾਂ ਨੂੰ ਕੀ ਪਰੋਸਿਆ ਜਾ ਰਿਹਾ। ਅੱਜ ਹਰ ਬੰਦਾ ਇਸ ਗੱਲ ਦਾ ਦਾਅਵਾ ਕਰੀ ਜਾਂਦਾ ਕਿ ਮੈਂ ਜੋ ਬੋਲਦਾ ਆਖਰੀ ਸੱਚ ਬੋਲਦਾ, ਮੇਰੇ ਤੋਂ ਵੱਡਾ ਸੱਚ ਕੋਈ ਨਹੀਂ ਬੋਲਦਾ, ਮੈਂ ਹੀ ਚੰਗਾ ਹਾਂ, ਬਾਕੀ ਸਾਰੇ ਗਲਤ ਨੇ। ਧਿਆਨ ਦੇਣਾ, ਨਿਮਰਤਾ ਨੂੰ ਇੱਕ ਪਾਸੇ ਰੱਖਣਾ ਪਵੇਗਾ ਗੁਰਮੁਖੋ, ਹੁਣ ਸਤਿਗੁਰੂ ਦੀ ਬਾਣੀ ਦੀ ਗੱਲ ਕਰਨੀ ਪਵੇਗੀ। ਧਿਆਨ ਦੇਣਾ, ਕਬੀਰ ਸਭ ਤੇ ਹਮ ਬੁਰੇ। ਭਗਤ ਕਬੀਰ ਜੀ ਤੇ ਕਹਿੰਦੇ ਨੇ ਸਾਰਿਆਂ ਤੋਂ ਮੈਂ ਬੁਰਾ ਹਾਂ। ਭਗਤ ਜੀ ਕਿਰਪਾ ਕਰਕੇ ਇਹ ਦੱਸ ਦਿਓ ਕੋਈ ਚੰਗਾ ਵੀ ਹੈ? ਕਹਿੰਦੇ ਬਾਕੀ ਸਾਰੇ ਹੀ ਚੰਗੇ ਨੇ ਇੱਕ ਮੈਨੂੰ ਛੱਡ ਕੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਕਹਿੰਦੇ ਜਿਹਨੇ ਇਸ ਤਰ੍ਹਾਂ ਦੇ ਨਾਲ ਇਸ ਗੱਲ ਨੂੰ ਬੁੱਝ ਲਿਆ ਉਹ ਸਾਡਾ ਮਿੱਤਰ ਹੈ ਕਿ ਮੈਂ ਸਾਰੀ ਦੁਨੀਆਂ ਤੋਂ ਬੁਰਾ ਹਾਂ। ਧਿਆਨ ਦੇਣਾ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਵਿੱਚ ਇੱਕ ਗੱਲ ਦਾਅਵੇ ਨਾਲ ਕਹਿੰਦੇ ਨੇ, ਦਾਅਵੇ ਨਾਲ ਇੱਕ ਬੇਨਤੀ ਹੋਰ ਸਮਝਿਆ ਜੇ। ਸੰਪੂਰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਠ ਕਰੋ, ਕਦੇ ਤੁਹਾਨੂੰ ਮੌਕਾ ਮਿਲੇ ਨਾ ਜੀਵਨ 'ਚ। ਵੈਸੇ ਮੌਕਾ ਤੇ ਆਪਾਂ ਨੂੰ ਮਿਲਿਆ ਹੋਇਆ, ਅਖਬਾਰਾਂ ਪੜ੍ਹਨ ਦਾ ਬਹੁਤ ਮੌਕਾ ਸਾਡੇ ਕੋਲ, ਫੇਸਬੁੱਕਾਂ ਚਲਾਉਣ ਦਾ, ਵਟਸਐਪ ਚਲਾਉਣ ਦਾ, ਪੈਲਸਾਂ 'ਚ ਜਾਣ ਦਾ, ਭੰਗੜੇ ਪਾਉਣ ਦਾ ਬੜਾ ਮੌਕਾ ਮਿਲਿਆ ਸਾਨੂੰ। ਬਸ ਇੱਕੋ ਹੀ ਮੌਕਾ ਨਹੀਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਜ਼ਾਨੇ ਨੂੰ ਦੇਖਣ ਦਾ। ਧਿਆਨ ਦੇਣਾ, ਕਦੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਏ, ਆਪਾਂ ਸਤਿਗੁਰੂ ਦੀ ਬਾਣੀ ਦਾ ਪਾਠ ਕਰੀਏ ਨਾ, ਪਾਠ ਸਮੁੱਚੀ ਬਾਣੀ ਪੜ੍ਹ ਕੇ ਦੇਖ ਲਿਓ, ਕਿਸੇ ਗੁਰੂ ਸਾਹਿਬ ਨੇ, ਕਿਸੇ ਭਗਤ ਨੇ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਕਿ ਮੈਂ ਪਰਮਾਤਮਾ ਦੀ ਸਾਰੀ ਗੱਲ ਕਹਿ ਦਿੱਤੀ ਹੈ। ਧਿਆਨ ਦੇਣਾ, ਕਿਸੇ ਭਗਤ ਨੇ, ਕਿਸੇ ਗੁਰਸਿੱਖ ਨੇ ਜਾਂ ਗੁਰੂ ਸਾਹਿਬ ਦੀ ਬਾਣੀ ਪੜ੍ਹ ਲਵੋ,
ਕਿਸੇ ਨੇ ਵੀ ਛਾਤੀ ਠੋਕ ਕੇ ਦਾਅਵੇ ਨਾਲ ਇਹ ਗੱਲ ਨਹੀਂ ਆਖੀ ਕਿ ਰੱਬ ਦੀ ਵਿਆਖਿਆ ਜਿਹੜੀ ਮੈਂ ਕੀਤੀ ਹੈ ਉਹੀ ਪੂਰੀ ਹੈ, ਦਾਅਵੇ ਨਾਲ ਕਿਸੇ ਨੇ ਨਹੀਂ ਆਖਿਆ। ਉਹ ਤੇ ਕਹਿੰਦੇ ਨੇ ਮਾਲਕਾ ਜੇ ਕਰੋੜਾਂ ਯੁੱਗਾਂ ਦੀ ਮੇਰੀ ਉਮਰ ਹੋ ਜਾਏ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਿਆ ਜੇ, ਜੇ ਕਰੋੜਾਂ ਯੁੱਗਾਂ ਦੀ ਮੇਰੀ ਉਮਰ ਹੋ ਜਾਏ, ਕਰੋੜਾਂ ਯੁੱਗ ਮੈਂ ਭੋਰੇ ਵਿੱਚ ਬੈਠ ਕੇ ਸਮਾਧੀ ਲਾ ਲਵਾਂ, ਤੇਰਾ ਨਾਮ ਜਪ ਲਵਾਂ, ਭਗਤੀ ਕਰ ਲਵਾਂ, ਤੇ ਕਰੋੜਾਂ ਯੁੱਗਾਂ ਦਾ ਚੌਂਕੜਾ ਲਾਉਣ ਤੋਂ ਬਾਅਦ, ਸਮਾਧੀ ਵਿੱਚ ਬੈਠਣ ਤੋਂ ਬਾਅਦ ਜਦੋਂ ਮੈਂ ਬਾਹਰ ਆਵਾਂਗਾ ਨਾ, ਮੈਂ ਦੁਨੀਆਂ ਦੇ ਲੋਕਾਂ ਨੂੰ ਇਹ ਨਹੀਂ ਆ ਕੇ ਆਖਾਂਗਾ ਕਿ ਮੈਂ ਰੱਬ ਨੂੰ ਦੇਖ ਕੇ ਆਇਆ, ਉਹਦੀ ਕੀਮਤ ਪਾ ਕੇ ਆਇਆ, ਉਹਦਾ ਅੰਤ ਪਾ ਕੇ ਆਇਆ। ਕਰੋੜਾਂ ਯੁੱਗਾਂ ਦੀ ਭਗਤੀ ਤੋਂ ਬਾਅਦ ਵੀ ਮੇਰੀ ਜ਼ਬਾਨ 'ਤੇ ਇੱਕ ਲਫ਼ਜ਼ ਹੋਵੇਗਾ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੇ, ਹਾਂ ਕੇਵਡਿਆਖਾਂ ਨਾ ਹੋ।